श्री सतिगुरु बहमानंद जी महाराज पूरी वालिया दे निर्माण दिवस खूनदान कैंप श्री बहमा स्वरूप धाम पोजेवाल विखे विशेष सहयोग पुई जी आई चंडीगढ़ वालों कैंप लगाया गया। देखो पूरी खबर। ਕਿੱਥੋਂ ਆਏ ਆ? ਤੁਸੀਂ ਮਾਲਿਆ ਤੇ ਦਵਾਈ ਲੈਣੇ ਹੋ? ਅੱਛਾ, ਕੀ ਪ੍ਰੋਬਲਮ ਤੁਹਾਨੂੰ? ਪਿੱਠ ਵੀ ਦੁਖਦੀ, ਗੋਡੇ ਵੀ। ਅੱਛਾ, ਇਹ ਤਾਂ ਫਿਰ ਬਾਰੀ ਕੈਂਸਰ ਵਾਲਿਆਂ ਦੀ ਆ। ਇਹ ਤਾਂ ਕੈਂਸਰ ਵਾਲਿਆਂ ਦਾ ਮੈਡੀਕਲ ਇੱਥੇ ਚੱਲ ਰਿਹਾ। ਮੇਰਾ ਤਾਂ ਹੋ ਗਿਆ। ਹਾਂ, ਉਦਾਂ ਠੀਕ ਹੈ ਤੁਸੀਂ? मैं अपने आप नसीबा वाला ही समझदा जी कि मैनू पूज्यवाल की इस पवित्र धरती से खासकर गुरु साहब के वारन दिवस के उत्ते सेवा करन दा मौका मिलिया, संगतां दा दर्शन करन दा मौका मिलिया, महाराज का आशीर्वाद मिलिया और अपनी संस्था वालों वर्ल्ड कैंसर केयर, क्योंकि मैं डायरेक्टर इंडिया का, साढ़े मन मन के मंशा से कि असं इतने कैंसर कैंप जोड़ा है इस संस्था के देखरेख थले महाराज के आशीर्वाद के थले लवाइए और मैं बड़ी खुशी हुई देख के लोगों का मरीजों का जी आई हुई संगत उन्हों का एक उत्साह है इस वर्ल्ड कैंसर कैंप का जरा कैंप कैंसर कैंप रखा का IHF कैंप लाया, क्योंकि मेरे ख्याल में साढ़े इस इलाके शायद पहली बार इस तरह का जोड़ा है सुपर स्पैशलिटी ਸਰੂਪ ਪੋਜੇਵਾਲ ਧਾਮ ਡਿਸਟ੍ਰਿਕਟ ਨਵਾਂ ਸ਼ਹਿਰ ਤੇ ਇਸ ਦਾ ਨਾਮ ਸਰੂਪ ਪੋਜੇਵਾਲ ਹੈ। ਗੁਰੂਆਂ ਦਾ ਮਹਾਰਾਜ ਵੀਰਦਾਸ ਜੀ ਸੰਸਥਾ ਦੇ ਵਿੱਚ ਮਹਾਰਾਜ ਪੋਜੇਵਾਲ ਨੇ ਗੱਦੀ ਪ੍ਰੰਪਰਾ ਦੇ ਤੀਸਰੇ ਅਵਤਾਰ ਤੀਸਰੇ ਗੁਰੂ ਦੀ ਨਸ਼ੀਬ ਪਰਮ ਪੂਜ ਡਾਕਟਰ ਸਾਹਿਬ। ਅੱਜ ਤੁਸੀਂ ਇੱਥੇ ਪੋਜੇਵਾਲ ਧਾਮ ਵਿਖੇ ਕੈਂਸਰ ਕੈਂਪ ਲਾਇਆ, ਇਹਨਾਂ ਬਾਰੇ ਕੁਝ ਜਾਣਕਾਰੀ ਦਿਓਗੇ? ਇਸਦਾ ਕੈਂਪ ਹੈਗਾ ਹੈ ਵਰਲਡ ਕੈਂਸਰ ਕੇਅਰ ਸੁਸਾਇਟੀ ਇੱਥੇ ਪਹੁੰਚੀ ਹੈ ਪੋਜੇਵਾਲ ਧਾਮ ਦੇ ਵਿੱਚ ਔਰ ਇੱਥੇ ਮੈਂ ਧੰਨਵਾਦ ਕਰਨਾ ਚਾਹੁੰਦਾ ਬਾਬਾ ਜੀ ਦਾ ਜਿਹਨਾਂ ਨੇ ਬੜੇ ਸੋਹਣੀ ਕਿਰਪਾ ਦੇ ਇੱਥੇ ਸੁਸਾਇਟੀ ਵਾਸਤੇ ਰੂਪੇ ਕੀਤੀ। ਵਰਲਡ ਕੈਂਸਰ ਦਾ ਕੰਮ ਇਹ ਹੀ ਹੁੰਦਾ ਹੈ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜੋ ਔਰ ਅਸੀਂ ਤੰਦਰੁਸਤ ਲੋਕਾਂ ਨੂੰ ਚੈੱਕ ਕਰਦੇ ਹਾਂ, ਉਹਨਾਂ ਕੋਲ ਲੱਛਣ ਪੁੱਛਦੇ ਹਾਂ, ਉਹਨਾਂ ਨੂੰ ਜਾਣਕਾਰੀ ਦਿੰਦੇ ਹਾਂ, ਉਹਨਾਂ ਨਾਲ ਗੱਲਾਂ ਸਾਂਝੀਆਂ ਕਰਦੇ ਹਾਂ ਤਾਂ ਕਿ ਕੈਂਸਰ ਨੂੰ ਪਹਿਲੀ ਸਟੇਜ 'ਤੇ ਫੜਿਆ ਜਾਵੇ। ਉਹਦੇ ਵਾਸਤੇ ਅਸੀਂ ਅਲੱਗ ਅਲੱਗ ਟੈਸਟ ਲੈ ਕੇ ਆਏ, ਜਿਹਦੇ 'ਚ ਛਾਤੀ ਦੀ ਜਾਂਚ ਵਾਸਤੇ ਮੈਮੋਗ੍ਰਾਫੀ ਹੈਗੀ ਹੈ, ਬੱਚੇਦਾਨੀ ਵਾਸਤੇ ਪ੍ਰੈਪਸ਼ਨਲ ਟੈਸਟ ਹੈ, ਬੰਦੇ ਦੀ ਦੂਰੋਂ ਦੀ ਜਾਂਚ ਹੋ ਰਹੀ ਹੈ, ਮੂੰਹ ਅਤੇ ਗਲੇ ਦੀ ਜਾਂਚ ਕੀਤੀ ਜਾ ਰਹੀ ਹੈ, ਹੱਡੀਆਂ ਦੀ ਜਾਂਚ ਹੋ ਰਹੀ ਹੈ, ਬਲੱਡ ਕੈਂਸਰ ਦੀ ਜਾਂਚ ਹੋ ਰਹੀ ਹੈ ਔਰ ਦਵਾਈਆਂ ਦਾ ਖੁਰਾ ਲੱਗ ਰਿਹਾ ਉਹ ਵੀ ਚੱਲ ਰਿਹਾ, ਉਹਦੇ ਨਾਲ ਨਾਲ ਜਿਹੜੀ ਆ ਅੱਖਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਔਰ ਲੋਕਾਂ ਨੂੰ ਐਨਕਾਂ ਵੀ ਵੰਡੀਆਂ ਜਾ ਰਹੀਆਂ। ਸਾਰਾ ਸ਼ਨ ਹੈ PGI ਬਲੱਡ ਸੈਂਟਰ ਚੰਡੀਗੜ੍ਹ ਤੋਂ। ਸੋ ਇਹ ਸਾਡਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ, ਇਹ ਰੈਗੂਲਰ ਕੈਂਪ ਹੈ, ਪਿਛਲੇ ਅਰਾਊਂਡ 10 ਸਾਲ ਤੋਂ ਇਹ ਕੈਂਪ ਲੱਗ ਰਿਹਾ ਔਰ ਇੱਥੇ 200-300 even 400 ਤੱਕ ਬਲੱਡ ਯੂਨਿਟ ਇਕੱਠੇ ਹੁੰਦੇ ਆ, ਇੱਕ ਦਿਨ 'ਚ ਅਸੀਂ ਕੈਂਪ ਲਾਉਂਦੇ ਹਾਂ ਔਰ ਇਹ ਸਾਰੇ ਜਿਹੜੇ ਬਲੱਡ ਹੈਗੇ ਆ ਇਸ ਐਜ਼ ਅ ਵਲੰਟਰੀ ਡੋਨੇਸ਼ਨ ਹੁੰਦੀ ਹੈ ਔਰ ਜਿਹੜਾ ਮਰੀਜ਼ਾਂ ਨੂੰ ਬਿਨਾਂ ਡੋਨੇਸ਼ਨ ਤੋਂ ਬਲੱਡ ਮਿਲਦਾ PGI ਦੇ ਵਿੱਚ, ਉਹਨਾਂ ਦੀਆਂ ਜਿਹੜੀਆਂ ਕੰਪਲੈਕਸ ਸਰਜਰੀਜ਼ ਹੈਗੀਆਂ ਉਹ ਸਾਰੀਆਂ ਜਿਹੜੀਆਂ ਇਸ ਬਲੱਡ ਨਾਲ ਸਪੋਰਟ ਹੁੰਦੀ ਹੈ। ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।